ਅਸਲਾਮ ਅਲੈਕੁਮ। ਉਮੀਦ ਕਰਦੇ ਹਾਂ ਕਿ ਸਾਰੇ ਸੰਗੀ ਸਾਥੀ ਠੀਕ ਹੋਣਗੇ। ਤੇ ਦੋਸਤੋ, ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਆਪਣੇ ਸ਼ਹਿਰ ਦਾ ਵਿਜ਼ਿਟ ਕਰਾਉਣਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਸ਼ਹਿਰ ਦੇ ਵਿੱਚ ਕਿਹੜੀਆਂ ਸਹੂਲਤਾਂ ਮੌਜੂਦ ਨੇ ਔਰ ਕਿਹੜੀਆਂ ਸਹੂਲਤਾਂ ਮੌਜੂਦ ਨਹੀਂ ਹੈਗੀਆਂ। ਦੋਸਤੋ, ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਕੰਮ ਹੈ ਔਰ ਵੀਡੀਓ ਨੂੰ ਸ਼ੇਅਰ ਕਰਨਾ ਉਹਨੂੰ ਮੁਕੰਮਲ ਵੇਖਣਾ ਤੁਹਾਡਾ ਕੰਮ ਹੈ। ਔਰ ਦੋਸਤੋ, ਜਿਹੜੇ ਕਿ ਲੋਕ ਕੋਟ ਨੈਣਾ ਦੇ ਨਾਲ ਤਲਕ ਰੱਖਦੇ ਨੇ, ਉਹ ਜਨਾਬ ਇਸ ਵੀਡੀਓ ਨੂੰ ਹਰ ਹਾਲ ਦੇ ਵਿੱਚ ਸ਼ੇਅਰ ਕਰਨ, ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਕੋਈ ਤਰੱਕੀ ਹੋਈ ਹੈ ਜਾਂ ਨਹੀਂ ਹੋਈ, ਕੋਈ ਸਹੂਲਤ ਮੌਜੂਦ ਆਈ ਹੈ ਜਾਂ ਨਹੀਂ ਆਈ, ਜਾਂ ਪਹਿਲੇ ਵਾਲੀ ਸਹੂਲਤਾਂ ਮੌਜੂਦ ਨੇ। ਤੇ ਦੋਸਤੋ, ਇੱਕ ਨਜ਼ਰ ਮਾਰ ਲਈਏ ਆਪਣੇ ਸ਼ਹਿਰ 'ਤੇ। ਪਹਿਲੇ ਗੱਲ ਕਰ ਲੈਂਦੇ ਹਾਂ ਦੋਸਤੋ ਟਰਾਂਸਪੋਰਟ ਦੀ। ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬਾ ਪੰਜਾਬ ਦਾ ਇੱਕ ਜ਼ਿਲ੍ਹਾ ਹੈਗਾ ਜੇ ਨਾਰੋਵਾਲ। ਨਾਰੋਵਾਲ ਦੀ ਇੱਕ ਤਹਿਸੀਲ ਹੈਗੀ ਜੇ ਛੱਕਗੜ੍ਹ। ਛੱਕਗੜ੍ਹ ਦੇ ਨਾਲ ਜਨਾਬ ਹੈਗਾ ਜੇ 14 ਕਿਲੋਮੀਟਰ ਦੂਰ ਕੋਟ ਨੈਣਾ। ਟਰਾਂਸਪੋਰਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਜੇ ਪਾਕਿਸਤਾਨ ਦਾ ਆਖਰੀ ਸ਼ਹਿਰ ਹੈ, ਇਸ ਤੋਂ ਅੱਗੇ ਕੋਈ ਸ਼ਹਿਰ ਨਹੀਂ ਹੈਗਾ। ਇਹ ਆਖਰੀ ਬੱਸ ਸਟਾਪ ਹੈ ਜਨਾਬ, ਜਿੱਥੇ ਕਿ ਬੱਸਾਂ ਆ ਕੇ ਰੁਕ ਜਾਂਦੀਆਂ ਨੇ। ਇਸ ਤੋਂ ਅੱਗੇ ਬੱਸਾਂ ਚੱਲਦੀਆਂ ਨਹੀਂ, ਨਾ ਆਉਂਦੀਆਂ ਨੇ ਨਾ ਜਾਂਦੀਆਂ ਨੇ। ਇਹ ਤੋਂ ਅੱਗੇ ਜਨਾਬ ਸਿਰਫ ਬਾਰਡਰ ਹੈਗਾ, ਇੰਡੀਆ ਸ਼ੁਰੂ ਹੋ ਜਾਂਦਾ ਇੱਥੋਂ। ਤਕਰੀਬਨ ਕੋਟ ਨੈਣਾ ਸ਼ਹਿਰ ਤੋਂ ਤਕਰੀਬਨ 4 ਕਿਲੋਮੀਟਰ ਅੱਗੇ ਜਨਾਬ ਬਾਰਡਰ ਹੈਗਾ, ਉਸ ਤੋਂ ਜਨਾਬ ਅੱਗੇ ਇੰਡੀਆ ਸ਼ੁਰੂ ਹੋ ਜਾਂਦਾ। ਇਸ ਤੋਂ ਅੱਗੇ ਦਰਿਆ ਰਾਵੀ ਵੀ ਹੈਗਾ। ਇਹ ਆਖਰੀ ਬੱਸ ਸਟਾਪ ਹੈ, ਇਸ ਤੋਂ ਅੱਗੇ ਕੋਈ ਬੱਸ ਸਟਾਪ ਨਹੀਂ ਹੈਗਾ। ਮੇਰੇ ਸ਼ਹਿਰ ਦੀਆਂ ਬੱਸਾਂ ਤਕਰੀਬਨ 20 ਤੋਂ 25 ਐਸੀਆਂ ਨੇ ਜਿਹੜੀਆਂ ਕਿ ਮੁਖਤਲਿਫ ਸ਼ਹਿਰਾਂ ਦੇ ਵਿੱਚ ਸਫ਼ਰ ਕਰਦੀਆਂ ਨੇ। 72 ਸੀਟੀ ਜਨਾਬ ਬੱਸ ਹੈਗੀ ਆ, ਛੋਟੀਆਂ ਬੱਸਾਂ ਕੋਈ ਨਹੀਂ ਹੈਗੀਆਂ। 72 ਸੀਟੀ ਬੱਸ ਹੈਗੀ ਆ ਜਨਾਬ, ਇਹ ਜਾਂਦੀਆਂ ਨੇ ਜਨਾਬ ਮੁਖਤਲਿਫ ਸ਼ਹਿਰਾਂ ਦੇ ਵਿੱਚ, ਯਾਨੀ ਕਿ ਕੋਟ ਨੈਣੇ ਤੋਂ ਜਨਾਬ ਗੁਜਰਾਂਵਾਲਾ, ਗੁਜਰਾਂਵਾਲੇ ਤੋਂ ਕੋਟ ਨੈਣਾ, ਕੋਟ ਨੈਣਾ ਤੋਂ ਜਨਾਬ ਸਿਆਲਕੋਟ, ਸਿਆਲਕੋਟ ਤੋਂ ਕੋਟ ਨੈਣਾ, ਕੋਟ ਨੈਣੇ ਤੋਂ ਜਨਾਬ ਫੈਸਲਾਬਾਦ, ਫੈਸਲਾਬਾਦ ਤੋਂ ਕੋਟ ਨੈਣਾ, ਕੋਟ ਨੈਣੇ ਤੋਂ ਰਾਵਲਪਿੰਡੀ, ਰਾਵਲਪਿੰਡੀ ਤੋਂ ਜਨਾਬ ਕੋਟ ਨੈਣਾ, ਕੋਟ ਨੈਣੇ ਤੋਂ ਲਾਹੌਰ, ਲਾਹੌਰ ਤੋਂ ਜਨਾਬ ਕੋਟ ਨੈਣਾ, ਜੈਸੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਸਫ਼ਰ ਕਰਦੀਆਂ ਨੇ। ਟਾਈਮ ਟੇਬਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਨਾਬ ਸੁਬਹਾ 4 ਵਜੇ ਤੋਂ ਲੈ ਕੇ ਅਤੇ ਸੁਬਹਾ ਦੁਬਾਰਾ 4 ਵਜੇ ਤੱਕ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੁਖਤਲਿਫ ਟਾਈਮ ਨਾਲ। ਕੋਈ 6 ਵਜੇ ਜਾ ਰਹੀ ਹੈ, ਕੋਈ 4 ਵਜੇ ਜਾ ਰਹੀ ਹੈ, ਕੋਈ 5 ਵਜੇ ਜਾ ਰਹੀ ਹੈ, ਕੋਈ 6 ਵਜੇ ਜਾ ਰਹੀ ਹੈ, ਉਸ ਤੋਂ ਬਾਅਦ ਕੋਈ 10 ਵਜੇ ਜਾ ਰਹੀ, ਕੋਈ 12 ਵਜੇ ਜਾ ਰਹੀ ਹੈ। ਇਸੇ ਤਰ੍ਹਾਂ ਰਾਤ 8 ਵਜੇ ਤੱਕ ਵੀ ਟਾਈਮ ਜਿਹੜੇ ਨੇ ਇੱਥੋਂ ਨਿਕਲਦੇ ਨੇ ਔਰ ਸੁਬਹਾ 4 ਵਜੇ ਤੱਕ ਟਾਈਮ ਆਉਂਦੇ ਨੇ ਇੱਥੇ। ਟਰਾਂਸਪੋਰਟ ਦਾ ਜਿਹੜਾ ਸਿਸਟਮ ਹੈ ਮੇਰੇ ਸ਼ਹਿਰ ਦਾ ਬਹੁਤ ਤਗੜਾ ਹੈਗਾ, ਬਹੁਤ ਜ਼ਬਰਦਸਤ ਹੈਗਾ। ਤਲੀਮ ਦੀ ਗੱਲ ਕੀਤੀ ਜਾਵੇ ਦੋਸਤੋ, ਤੇ ਮੇਰੇ ਸ਼ਹਿਰ ਦੇ ਵਿੱਚ ਤਲੀਮ ਬਹੁਤ ਆਲਾ ਹੈਗੀ ਆ। ਤੇ ਮੇਰੇ ਸ਼ਹਿਰ ਦੇ ਵਿੱਚ ਜਨਾਬ ਪ੍ਰਾਈਵੇਟ ਜਿਹੜੇ ਸਕੂਲ ਨੇ ਉਹ ਤੇ ਲਾ ਤਾਦਾਦ ਸਕੂਲ ਹੈਗੇ ਨੇ, ਲੇਕਿਨ ਸਰਕਾਰੀ ਜਿਹੜੇ ਸਕੂਲ ਹੈ ਨਾ ਦੋਸਤੋ ਉਹ ਹੈਗੇ ਜੇ 3। ਇੱਕ ਤੇ ਗੌਰਮੈਂਟ ਪ੍ਰਾਇਮਰੀ ਸਕੂਲ ਹੈਗਾ ਜੇ, ਇਹ ਸਕੂਲ ਹੈਗਾ ਦੋਸਤੋ ਇਹ 1 ਕਲਾਸ ਤੋਂ ਲੈ ਕੇ ਤੇ 5ਵੀਂ ਕਲਾਸ ਤੱਕ। ਦੂਸਰਾ ਸਕੂਲ ਹੈਗਾ ਜੇ ਗੌਰਮੈਂਟ ਹਾਈ ਗਰਲ ਸਕੂਲ ਹੈਗਾ ਦੋਸਤੋ, ਇਹ ਵੀ ਕਾਫੀ ਵੱਡਾ ਸਕੂਲ ਹੈਗਾ ਜੇ, ਇੱਥੇ ਵੀ ਕਾਫੀ ਜ਼ਿਆਦਾ ਤਾਦਾਦ ਲੜਕੀਆਂ ਦੀ ਔਰ ਸਾਰਾ ਇਲਾਕਾ ਜਿਹੜਾ ਨਾ ਲੜਕੀਆਂ ਸਾਡੇ ਇਲਾਕੇ ਦੀਆਂ ਸਾਰੀ ਇਸੇ ਸਕੂਲ ਦੇ ਵਿੱਚ ਆ ਕੇ ਤਲੀਮ ਹਾਸਲ ਕਰਦੀਆਂ ਨੇ। ਤੀਸਰਾ ਸਕੂਲ ਹੈਗਾ ਦੋਸਤੋ ਗੌਰਮੈਂਟ ਹਾਈ ਸੈਕੰਡਰੀ ਸਕੂਲ, ਇਹ ਵੀ ਕਾਫੀ ਵੱਡਾ ਸਕੂਲ ਹੈਗਾ ਜੇ ਦੋਸਤੋ, 6ਵੀਂ ਕਲਾਸ ਤੋਂ ਲੈ ਕੇ ਤੇ ਦੋਸਤੋ ਇਹ ਹੈਗਾ ਜੇ 12ਵੀਂ ਕਲਾਸ ਤੱਕ ਇਹ ਸਕੂਲ ਹੈਗਾ ਜੇ ਦੋਸਤੋ। ਕਾਫੀ ਅੱਛੀ ਤਲੀਮ ਇਸ ਸਕੂਲ ਦੇ ਵਿੱਚ ਵੀ ਦਿੱਤੀ ਜਾਂਦੀ ਹੈ ਔਰ ਨਵੇਂ ਤੋਂ ਨਵੇਂ ਟੀਚਰ ਇਸ ਸਕੂਲ ਦੇ ਵਿੱਚ ਆਉਂਦੇ ਰਹਿੰਦੇ ਨੇ। ਔਰ ਦੋਸਤੋ, ਇੱਕ ਕਾਲਜ ਹੈਗਾ ਸਾਡੇ ਕੋਟ ਨੈਣੇ ਦੇ ਹੋਸਪਿਟਲ, ਸਰਕਾਰੀ ਹੋਸਪਿਟਲ ਦੇ ਸਾਹਮਣੇ ਕਾਲਜ ਤਿਆਰ ਕੀਤਾ ਗਿਆ। ਇਹ ਕਾਲਜ ਹੈਗਾ ਜਨਾਬ ਲੜਕੀਆਂ ਵਾਸਤੇ ਸਿਰਫ, ਇਹ ਕਾਲਜ ਕਾਫੀ ਵੱਡਾ ਕਾਲਜ ਤਿਆਰ ਕੀਤਾ ਗਿਆ ਦੋਸਤੋ, ਲੜਕੀਆਂ ਵਾਸਤੇ ਕਾਲਜ ਦੀ ਕਮੀ ਹੈਗੀ ਆ ਦੋਸਤੋ। ਅਗਰ ਲੜਕੀਆਂ ਵਾਸਤੇ ਵੀ ਕਾਲਜ ਤਿਆਰ ਕੀਤਾ ਜਾਵੇ ਤਾਂ ਮੇਰੇ ਸ਼ਹਿਰ ਦੀ ਜਿਹੜੀ ਤਲੀਮ ਉਹ ਮੁਕੰਮਲ ਹੋ ਜਾਂਦੀ ਆ।
ਮੇਰੇ ਇਲਾਕੇ ਦੀ ਤਾਲੀਮ ਜਿਹੜੀ ਫਿਰ ਮੁਕੰਮਲ ਹੋ ਜਾਂਦੀ ਹੈ। ਅਗਰ ਲੜਕੀਆਂ ਦੇ ਦਾ ਕਾਲਜ ਜਿਹੜਾ ਨਾ ਉਹਦੀ ਕਮੀ ਹੈਗੀ ਮੇਰੇ ਸ਼ਹਿਰ ਦੇ ਵਿੱਚ। ਤੇ ਦੋਸਤੋ ਅਗਰ ਗੱਲੇ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਜਿੰਨੇ ਵੀ ਛੋਟੇ ਵੱਡੇ ਸ਼ਹਿਰ ਹੈਗੇ ਨਾ ਉਹਨਾਂ ਸਾਰੇ ਸ਼ਹਿਰਾਂ ਨਾਲੋਂ ਮੇਰੇ ਸ਼ਹਿਰ ਦੇ ਵਿੱਚੋਂ ਜ਼ਿਆਦਾ ਗੱਲੇ ਦੀ ਖਰੀਦਦਾਰੀ ਹੁੰਦੀ ਹੈ ਦੋਸਤੋ। ਕਣਕ ਔਰ ਚਾਵਲ ਦੀ ਖਰੀਦਦਾਰੀ ਜਿਹੜੀ ਹੈ ਨਾ, ਗੰਦਮ ਔਰ ਚਾਵਲ ਦੀ ਖਰੀਦਦਾਰੀ ਜਿਹੜੀ ਹੈ ਨਾ ਦੋਸਤੋ, ਮੇਰੇ ਕੋਟਲਾ ਦੇ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਲੇਕਿਨ ਇੱਥੋਂ ਦਾ ਬੈਂਕਿੰਗ ਜਿਹੜਾ ਨਿਜ਼ਾਮ ਹੈ ਉਹ ਬਹੁਤ ਸਲੋ ਹੈਗਾ ਜੇ, ਬਹੁਤ ਹੀ ਨਾਕਸ ਹੈਗਾ ਜੇ ਦੋਸਤੋ। ਇੱਥੇ ਸਿਰਫ ਮੇਰੇ ਸ਼ਹਿਰ ਦੇ ਵਿੱਚ ਇੱਕ ਬੈਂਕ ਹੈਗਾ ਜੇ ਨੈਸ਼ਨਲ ਬੈਂਕ ਹੈ ਸਿਰਫ, ਹੋਰ ਕੋਈ ਕਿਸੇ ਵੀ ਬੈਂਕ ਦੀ ਸ਼ਾਖ ਇਸ ਸ਼ਹਿਰ ਦੇ ਵਿੱਚ ਮੌਜੂਦ ਨਹੀਂ ਹੈਗੀ। ਸਭ ਤੋਂ ਜ਼ਿਆਦਾ ਗੱਲਾਂ ਇਸ ਸ਼ਹਿਰ ਦੇ ਵਿੱਚ ਖਰੀਦਿਆ ਜਾਂਦਾ, ਸਭ ਤੋਂ ਜ਼ਿਆਦਾ ਆਰਤੀ ਜਿਹੜੇ ਨੇ ਉਹ ਇਸ ਮੇਰੇ ਸ਼ਹਿਰ ਦੇ ਵਿੱਚੋਂ ਮਾਲ ਖਰੀਦ ਕੇ ਲੈ ਕੇ ਜਾਂਦੇ ਨੇ। ਲੇਕਿਨ ਇੱਥੋਂ ਦਾ ਜਿਹੜਾ ਨਿਜ਼ਾਮ ਹੈ ਨਾ, ਬੈਂਕਿੰਗ ਦਾ ਨਿਜ਼ਾਮ, ਆਨਲਾਈਨ ਨਿਜ਼ਾਮ ਜਿਹੜਾ ਰਕਮ ਦਾ, ਠੀਕ ਹੈ ਦੋਸਤੋ, ਉਹ ਨਾਕਸ ਹੈਗਾ ਜੀ। ਇੱਥੇ ਸਿਰਫ ਸਾਡੇ ਸ਼ਹਿਰ ਦੇ ਵਿੱਚ ਇੱਕ ਨੈਸ਼ਨਲ ਬੈਂਕ ਆ, ਉਹ ਇਸ ਇਲਾਵਾ ਕੋਈ ਸ਼ਾਖ ਨਹੀਂ ਹੈਗੀ। ਔਰ ਮੇਰੇ ਸ਼ਹਿਰ ਨੂੰ ਦੋਸਤੋ ਇੱਕ ਬੈਂਕ ਦੀ ਜ਼ਰੂਰਤ ਹੈ, ਕਿਉਂਕਿ ਜਿਤਨਾ ਜ਼ਿਆਦਾ ਇੱਥੇ ਗੰਦਮ ਔਰ ਚਾਵਲ ਦੀ ਖਰੀਦਦਾਰੀ ਹੁੰਦੀ ਹੈ ਨਾ, ਇੱਥੇ ਇੱਕ ਬੈਂਕ, ਇੱਕ ਨਹੀਂ ਦੋ ਤਿੰਨ ਬੈਂਕ ਹੋਣੇ ਚਾਹੀਦੇ ਨੇ ਦੋਸਤੋ। ਲੇਕਿਨ ਫਿਲਹਾਲ ਮੇਰੇ ਸ਼ਹਿਰ ਦੇ ਵਿੱਚ ਸਿਰਫ ਇੱਕ ਨੈਸ਼ਨਲ ਬੈਂਕ ਹੈਗਾ, ਔਰ ਦੂਸਰੇ ਬੈਂਕ ਦੀ ਬਹੁਤ ਅਸਲ ਜ਼ਰੂਰਤ ਹੈਗੀ ਮੇਰੇ ਸ਼ਹਿਰ ਨੂੰ। ਦੀਨ ਇਸਲਾਮ ਦੀ ਅਗਰ ਗੱਲ ਕੀਤੀ ਜਾਵੇ ਦੋਸਤੋ, ਤਾਂ ਮੇਰੇ ਸ਼ਹਿਰ ਦੇ ਵਿੱਚ ਚਾਰ ਵੱਡੀਆਂ ਮਸਜਿਦਾਂ ਨੇ ਔਰ ਚਾਰੇ ਆਬਾਦ ਨੇ। ਤੇ ਬਦਕਿਸਮਤੀ ਨਾਲ ਮੇਰੇ ਸ਼ਹਿਰ ਦੇ ਵਿੱਚ ਜਨਾਬ ਕੋਈ ਐਸਾ ਮਦਰਸਾ ਮੌਜੂਦ ਨਹੀਂ ਹੈਗਾ ਜਿੱਥੇ ਕਿ ਜਨਾਬ ਸਾਡੇ ਆਉਣ ਵਾਲੀ ਨਸਲ ਜਾਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਦੀਨੀ ਤਾਲੀਮ ਦਿੱਤੀ ਜਾ ਸਕੇ, ਸਾਰਾ ਦਿਨ ਉਹਨਾਂ ਨੂੰ ਦਾਗ ਦੀਨੀ ਤਾਲੀਮ ਹੀ ਦਿੱਤੀ ਜਾ ਸਕੇ। ਲੇਕਿਨ ਦੂਰ ਦੂਰ ਇਲਾਕਿਆਂ ਦੇ ਵਿੱਚ ਮਦਰਸੇ ਮੌਜੂਦ ਨੇ, ਲੇਕਿਨ ਮੇਰੇ ਸ਼ਹਿਰ ਦੇ ਵਿੱਚ ਮਦਰਸਾ ਕੋਈ ਨਹੀਂ ਹੈਗਾ। ਇਮਾਮ ਮਸਜਿਦ ਹੀ ਮਸਜਿਦ ਦੇ ਵਿੱਚ ਬੈਠ ਕੇ ਜਨਾਬ ਸੁਬਹਾ ਦੇ ਟਾਈਮ ਕੋ ਅੱਧਾ ਘੰਟਾ ਬੱਚਿਆਂ ਨੂੰ ਤਾਲੀਮ ਦਿੰਦੇ ਨੇ, ਕੁਰਾਨ ਸਿਖਾਉਂਦੇ ਨੇ, ਨਮਾਜ਼ ਸਿਖਾਉਂਦੇ ਨੇ। ਲੇਕਿਨ ਕੋਈ ਐਸਾ ਅਦਾਰਾ ਨਹੀਂ ਹੈਗਾ ਮੇਰੇ ਸ਼ਹਿਰ ਦੇ ਵਿੱਚ ਕਿ ਜਿਹੜਾ ਕਿ ਜਿੱਥੇ ਕਿ ਸਾਰਾ ਦਿਨ ਬੱਚਿਆਂ ਨੂੰ ਦੀਨੀ ਤਾਲੀਮ ਸਿਖਾਈ ਜਾ ਸਕੇ। ਤੇ ਦੋਸਤੋ ਮੇਰੇ ਸ਼ਹਿਰ ਨੂੰ ਇੱਕ ਮਦਰਸੇ ਦੀ ਜ਼ਰੂਰਤ ਹੈਗੀ ਆ। ਦੋਸਤੋ ਮੇਰੇ ਸ਼ਹਿਰ ਦੇ ਵਿੱਚ ਸਰਕਾਰੀ ਜਾਨਵਰਾਂ ਵਾਸਤੇ ਵੀ ਹਸਪੀਟਲ ਮੌਜੂਦ ਹੈਗਾ ਜੀ। ਇਹ ਕਾਫੀ ਵੱਡਾ ਹਸਪੀਟਲ ਹੈਗਾ ਜੀ ਔਰ ਕਾਫੀ ਪੁਰਾਣਾ ਹਸਪੀਟਲ ਹੈਗਾ ਜੀ। ਜਾਨਵਰਾਂ ਦੀ ਅੱਛੇ ਤਰੀਕੇ ਨਾਲ ਇਸ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕੀਤੀ ਜਾਂਦੀ ਆ। ਮੇਰੇ ਸ਼ਹਿਰ ਦੇ ਵਿੱਚ ਇੱਕ ਡਾਕਖਾਨਾ ਵੀ ਹੈਗਾ ਦੋਸਤੋ, ਡਾਕਖਾਨਾ ਕਾਫੀ ਪੁਰਾਣਾ ਆ, ਲੇਕਿਨ ਇਹਦੀ ਇਮਾਰਤ ਵੀ ਕਾਫੀ ਪੁਰਾਣੀ ਹੋ ਚੁੱਕੀ ਹੈ, ਟੁੱਟੀ ਹੋਈ ਇਮਾਰਤ ਹੈ, ਕਿਸੇ ਵੇਲੇ ਵੀ ਡਿੱਗ ਸਕਦੀ ਆ। ਉਹਦੀ ਤੁਸੀਂ ਸਾਈਡਾਂ ਚੈੱਕ ਕਰ ਸਕਦੇ ਹੋ ਕਿ ਸਾਈਡਾਂ ਤੇ ਕੋਈ ਦੀਵਾਰ ਵੀ ਨਹੀਂ ਹੈਗੀ, ਚਾਰ ਦੀਵਾਰੀ ਵੀ ਨਹੀਂ ਹੈਗੀ। ਸਾਡੀ ਇੰਤਜ਼ਾਮੀਆ ਅੱਗੇ ਰਿਕੁਐਸਟ ਹੈ ਕਿ ਜਨਾਬ ਇਸ ਚੀਜ਼ ਤੇ ਤਵੱਜੋ ਦਿੱਤੀ ਜਾਵੇ, ਇਹ ਜਾਨੀ ਨੁਕਸਾਨਾਂ ਦਾ ਨਾਲ ਖਿਲਵਾੜ ਹੋ ਰਿਹਾ, ਕਿਸੇ ਵੇਲੇ ਵੀ ਗਿਰ ਸਕਦੀ ਆ। ਅੰਦਰ ਦੁਨੀਆ ਬੈਠੀ ਹੁੰਦੀ ਆ, ਪੈਨਸ਼ਨਾਂ ਲੈਣ ਵਾਲੇ ਬੈਠੇ ਹੁੰਦੇ ਨੇ, ਬਾਕੀ ਦੂਸਰੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਵੀ ਅੰਦਰ ਬੈਠੇ ਹੁੰਦੇ ਨੇ। ਇਹ ਬਿਲਡਿੰਗ ਕਿਸੇ ਵੇਲੇ ਵੀ ਡਿੱਗ ਸਕਦੀ ਆ, ਬਿਲਡਿੰਗ ਬਿਲਕੁਲ ਨਾਕਸ ਹੈਗੀ ਆ, ਬਿਲਕੁਲ ਬੇਕਾਰ ਹੋ ਚੁੱਕੀ ਆ, ਇਹਦੇ ਤੇ ਗੌਰ ਕੀਤੀ ਜਾਵੇ, ਇਹਨੂੰ ਦੁਬਾਰਾ ਤਾਮੀਰ ਕੀਤਾ ਜਾਵੇ ਜੀ। ਦੋਸਤੋ ਮੇਰੇ ਸ਼ਹਿਰ ਦੇ ਵਿੱਚ ਯੂਨੀਅਨ ਕੌਂਸਲ ਦਾ ਦਫ਼ਤਰ ਵੀ ਹੈਗਾ, ਉਹਦਾ ਦਫ਼ਤਰ ਬਾਦਸ਼ਾਹ ਹੈਗਾ ਜੇ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਹੈ, ਔਰ ਕਾਫੀ ਛੋਟਾ ਹੈਗਾ, ਉਹਨੂੰ ਵੱਡਾ ਕਰਨ ਦੀ ਜ਼ਰੂਰਤ ਹੈਗੀ ਆ। ਮੇਰੇ ਸ਼ਹਿਰ ਦੇ ਵਿੱਚ ਯੂਨੀਅਨ ਕੌਂਸਲ ਦਾ ਵੀ ਇੱਕ ਦਫ਼ਤਰ ਮੌਜੂਦ ਹੈ ਜੀ। ਦੋਸਤੋ ਮੇਰੇ ਸ਼ਹਿਰ ਦੇ ਵਿੱਚ ਪੁਲਿਸ ਸਟੇਸ਼ਨ ਵੀ ਹੈਗਾ, ਯਾਨੀ ਕਿ ਥਾਣਾ ਹੈਗਾ ਜੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਹੈਗਾ ਜੇ, ਤੇ ਮੇਰੇ ਸ਼ਹਿਰ ਨੂੰ ਜਨਾਬ ਥਾਣੇ ਦੀ ਸਹੂਲਤ ਵੀ ਮੌਜੂਦ ਹੈਗੀ ਆ। ਦੋਸਤੋ ਮੇਰੇ ਸ਼ਹਿਰ ਦੇ ਵਿੱਚ ਜਿਹੜੇ ਆਫੀਸਰ ਹੁੰਦੇ ਨੇ, ਅਫਸਰ ਨੇ ਜਿਹੜੇ ਸਰਕਾਰੀ ਅਫਸਰ ਨੇ, ਉਹਨਾਂ ਦੀ ਰੈਸਟ ਵਾਸਤੇ, ਉਹਨਾਂ ਦੀਆਂ ਪਾਰਟੀਆਂ ਸ਼ਾਲਟੀਆਂ ਵਾਸਤੇ ਰੈਸਟ ਹਾਊਸ ਵੀ ਤਿਆਰ ਕੀਤਾ ਗਿਆ ਸਰ। ਮੇਰੇ ਸ਼ਹਿਰ ਦੇ ਵਿੱਚ ਰੈਸਟ ਹਾਊਸ ਵੀ ਮੌਜੂਦ ਹੈਗਾ ਜੇ, ਇੱਥੇ ਜਨਾਬ ਅਫਸਰ ਜਿਹੜੇ ਨੇ ਆਪਣੇ ਮਤਲਬ ਛੁੱਟੀ ਦੇ ਦਿਨ ਜਿਹੜੇ ਉਹ ਇੱਥੇ ਗੁਜ਼ਾਰਦੇ ਨੇ, ਇੱਥੇ ਆ ਕੇ ਤੇ ਜਨਾਬ ਰੈਸਟ ਕਰਦੇ ਨੇ, ਇੰਜੋਏ ਕਰਦੇ ਨੇ। ਇਹ ਰੈਸਟ ਹਾਊਸ ਵੀ ਮੇਰੇ ਸ਼ਹਿਰ ਦੇ ਵਿੱਚ ਮੌਜੂਦ ਹੈਗਾ। ਦੋਸਤੋ ਪੈਟਰੋਲ ਪੰਪ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੇਰੇ ਸ਼ਹਿਰ ਦੇ ਵਿੱਚ ਤਿੰਨ ਪੈਟਰੋਲ ਪੰਪ ਨੇ, ਦੋ ਜਿਹੜੇ ਨੇ ਕਿ ਇਸ ਟਾਈਮ ਇਸਤਾਮਾਲ ਚ ਨੇ, ਤੇ ਇੱਕ ਪੈਟਰੋਲ ਪੰਪ ਜਿਹੜਾ ਉਹ ਤਿਆਰ ਹੋ ਰਿਹਾ ਆ। ਦੋ ਜਿਹੜੇ ਪੰਪ ਨੇ ਜਿਹੜੇ ਇਸਤਾਮਾਲ ਨੇ ਉਹ ਸਾਡੇ ਸ਼ਹਿਰ ਤੋਂ ਥੋੜੇ ਬਾਹਰ ਨੇ, ਜਿਹੜਾ ਤੀਸਰਾ ਪੈਟਰੋਲ ਪੰਪ ਤਿਆਰ ਹੋ ਰਿਹਾ ਨਾ ਦੋਸਤੋ, ਉਹ ਸ਼ਹਿਰ ਦੇ ਅੰਦਰੂਨੀ ਹਿੱਸੇ ਚ ਤਿਆਰ ਹੋ ਰਿਹਾ, ਅੰਦਰ ਸ਼ਹਿਰ ਦੇ ਤਿਆਰ ਹੋ ਰਿਹਾ, ਔਰ ਜਿਹੜਾ ਅੰਦਰ ਨਵਾਂ ਤਿਆਰ ਹੋ ਰਿਹਾ ਨਾ ਪੈਟਰੋਲ ਪੰਪ, ਉਹ ਜ਼ਿਆਦਾ ਤਰੱਕੀ ਕਰੇਗਾ ਦੋਸਤੋ। ਮੇਰੇ ਸ਼ਹਿਰ ਦੇ ਵਿੱਚ ਤਿੰਨ ਪੈਟਰੋਲ ਪੰਪ ਮੌਜੂਦ ਨੇ।
ਦੋਸਤੋ ਮੇਰੇ ਸ਼ਹਿਰ ਦੇ ਵਿੱਚ ਮੇਰੇ ਲੋਕ ਜਿਹੜੇ ਨੇ ਸ਼ਹਿਰੀ ਲੋਕ ਨੇ ਜਿਹੜੇ ਉਹ ਦਿਹਾਤਾਂ ਦੇ ਜਿਹੜੇ ਲੋਕ ਨੇ ਉਹ ਸਿਲੰਡਰ ਇਸਤੇਮਾਲ ਕਰਦੇ ਨੇ। ਸਾਡੇ ਸ਼ਹਿਰ ਨੂੰ CNG ਯਾਨੀ ਕਿ ਗੈਸ ਦੀ ਸਰਕਾਰੀ ਗੈਸ ਦੀ ਸਹੂਲਤ ਮਯਸਰ ਨਹੀਂ ਹੈਗੀ, ਗੈਸ ਦੀ ਸਹੂਲਤ ਮੌਜੂਦ ਨਹੀਂ ਹੈਗੀ। ਇਸ ਕਰਕੇ ਮੇਰੇ ਸ਼ਹਿਰ ਦੇ ਲੋਕ ਜਿਹੜੇ ਨੇ ਮੇਰੇ ਦਿਹਾਤਾਂ ਦੇ ਜਿਹੜੇ ਲੋਕ ਨੇ ਉਹ ਜਨਾਬ ਸਿਲੰਡਰ ਇਸਤੇਮਾਲ ਕਰਦੇ ਨੇ। ਸਿਲੰਡਰ ਦੀ ਕੀਮਤ ਇਸ ਟਾਈਮ ਬਹੁਤ ਜ਼ਿਆਦਾ ਆ, ਲੋਕ ਪਰੇਸ਼ਾਨ ਨੇ, ਸਿਲੰਡਰ ਖਰੀਦਣ ਤੋਂ ਪਰੇਸ਼ਾਨ ਨੇ। ਦੋਸਤੋ ਜਿਹੜਾ ਲੋਕਾਂ ਦਾ ਰੁਜ਼ਗਾਰ ਅੱਛਾ ਹੈਗਾ ਜੇ ਉਹ ਤਾਂ ਸਿਲੰਡਰ ਇਸਤੇਮਾਲ ਕਰਦੇ ਪਏ ਨੇ, ਬਾਕੀ ਜ਼ਿਆਦਾਤਰ ਸਾਡੇ ਲੋਕ ਬਾਲਣ ਇਸਤੇਮਾਲ ਕਰਦੇ ਨੇ, ਲੱਕੜ ਇਸਤੇਮਾਲ ਕਰਦੇ ਨੇ। ਲੱਕੜ ਦਾ ਵੀ ਰੇਟ ਤੁਹਾਡੇ ਸਾਹਮਣੇ ਕਾਫੀ ਜ਼ਿਆਦਾ ਹੈਗਾ ਤੇ ਮੇਰੇ ਸ਼ਹਿਰ ਦੇ ਵਿੱਚ ਜਨਾਬ ਗੈਸ ਨਹੀਂ ਹੈਗੀ। ਮੇਰੇ ਸ਼ਹਿਰ ਨੂੰ ਜਨਾਬ ਗੈਸ ਦੀ ਸਹੂਲਤ ਦੀ ਜ਼ਰੂਰਤ ਹੈਗੀ ਆ। ਮੇਰੇ ਸ਼ਹਿਰ ਦੇ ਵਿੱਚ ਗੈਸ ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਮੇਰੇ ਸ਼ਹਿਰ ਦੇ ਵਿੱਚ CNG ਪੰਪ ਵੀ ਕੋਈ ਮੌਜੂਦ ਨਹੀਂ ਹੈਗਾ, ਇਸ ਵਾਸਤੇ CNG ਪੰਪ ਵੀ ਹੋਣਾ ਚਾਹੀਦਾ ਹੈ ਔਰ ਮੇਰੇ ਸ਼ਹਿਰ ਨੂੰ ਔਰ ਮੇਰੇ ਦਿਹਾਤੀ ਲੋਕਾਂ ਨੂੰ ਗੈਸ ਦੀ ਸਹੂਲਤ ਵੀ ਮਯਸਰ ਹੋਣੀ ਚਾਹੀਦੀ ਆ। ਮੇਰੇ ਸ਼ਹਿਰ ਦੇ ਵਿੱਚ ਦੋਸਤੋ ਸ਼ੀਆ ਬਰਾਦਰੀ ਵਾਸਤੇ ਇਮਾਮ ਬਾਰਗਰ ਵੀ ਬਣਾਇਆ ਗਿਆ ਦਾ, ਉਹ ਵੀ ਮੌਜੂਦ ਹੈਗਾ ਜੀ। ਮੇਰੇ ਸ਼ਹਿਰ ਦੇ ਵਿੱਚ ਦੋਸਤੋ ਸਰਕਾਰੀ ਪਾਣੀ ਵੀ ਮਿਲਦਾ, ਪਾਣੀ ਵੀ ਲੱਗਾ ਹੋਇਆ ਤਕਰੀਬਨ 450 ਫੁੱਟ ਡੂੰਘਾ ਬੋਰ ਕਰਕੇ ਤੇ ਜਨਾਬ ਸਰਕਾਰੀ ਪਾਣੀ ਲਗਾਇਆ ਗਿਆ। ਸਰਕਾਰੀ ਪਾਣੀ ਮੇਰੇ ਸ਼ਹਿਰ ਦੇ ਵਿੱਚ ਮੌਜੂਦ ਹੈ, ਉਹਨਾਂ ਕੋਲ ਮਹੀਨੇ ਬਾਅਦ ਬਿੱਲ ਲਿਆ ਜਾਂਦਾ, ਪਾਣੀ ਦੀ ਸਹੂਲਤ ਮੌਜੂਦ ਹੈਗੀ ਆ। ਸਭ ਤੋਂ ਨਾਕਸ ਜਿਹੜੀ ਚੀਜ਼ ਹੈਗੀ ਨਾ ਮੇਰੇ ਸ਼ਹਿਰ ਦੇ ਵਿੱਚ ਦੋਸਤੋ ਹੈਗੀ ਆ ਵਾਪਟਾ ਲਾਈਨ। ਵਾਪਟਾ ਲਾਈਨ ਜਦੋਂ ਦਾ ਪਾਕਿਸਤਾਨ ਤੇ ਹਿੰਦੁਸਤਾਨ ਲੈਦਾ ਹੋਏਗਾ ਉਦੋਂ ਦੀ ਲਾਈਨ ਵਿਛੀ ਹੋਈ ਆ, ਉਦੋਂ ਦੀ ਲਾਈਨ ਬਣੀ ਹੋਈ ਆ, ਹੁਣ ਜੇ ਤੱਕ ਉਹ ਚੇਂਜ ਨਹੀਂ ਹੋ ਸਕੀ। ਸਭ ਤੋਂ ਹਲਕੀ ਤੇ ਨਾਕਸ ਜਿਹੜੀ ਚੀਜ਼ ਆ ਨਾ ਦੋਸਤੋ ਮੇਰੇ ਸ਼ਹਿਰ ਦੇ ਵਿੱਚ ਉਹ ਹੈਗੀ ਆ ਵਾਪਟਾ ਦੀ ਲਾਈਨ। ਬਾਰਿਸ਼ ਦਾ ਇੱਕ ਕਤਰਾ ਵੀ ਗਿਰਦਾ ਆ, ਹਵਾ ਹਜੇ ਬੜੀ ਦੂਰ ਜੀ ਹੁੰਦੀ ਆ ਤੇ ਬੱਤੀ ਪਹਿਲੇ ਚਲੀ ਜਾਂਦੀ ਆ, ਬਿਜਲੀ ਪਹਿਲੇ ਚਲੀ ਜਾਂਦੀ ਆ। ਦੋਸਤੋ ਵਾਪਟਾ ਲਾਈਨ ਜਿਹੜੀ ਬਿਲਕੁਲ ਕਮਜ਼ੋਰ ਹੈਗੀ ਆ ਮੇਰੇ ਸ਼ਹਿਰ ਦੀ, ਇਸ ਕਰਕੇ ਰਿਕੁਐਸਟ ਹੈ ਇੰਤਜ਼ਾਮੀਆ ਦੇ ਅੱਗੇ ਕਿ ਜਨਾਬ ਮੇਰੇ ਸ਼ਹਿਰ ਨੂੰ ਜਿਹੜੀ ਵਾਪਟਾ ਲਾਈਨ ਆ ਉਹਨੂੰ ਥੋੜਾ ਮਜ਼ਬੂਤ ਕੀਤਾ ਜਾਵੇ। ਉਹਦੀਆਂ ਜਿਹੜੀਆਂ ਤਾਰਾਂ ਨੇ ਉਹ ਮਤਲਬ ਕਿ ਹੁਣ ਜਿਹੜੀ ਨਵੀਆਂ ਤਾਰਾਂ ਆ ਰਹੀਆਂ ਨੇ ਮੋਟੀਆਂ ਮੋਟੀਆਂ ਤਾਰਾਂ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਜਿਹੜੀ ਬਰੀਕ ਤਾਰਾਂ ਨੇ ਆਏ ਦਿਨ ਟੁੱਟੀਆਂ ਹੁੰਦੀਆਂ, ਕਿਤੇ ਨਾ ਕਿਤੇ ਆਏ ਦਿਨ ਟੁੱਟੀਆਂ ਹੁੰਦੀਆਂ ਨੇ। ਰੋਜ਼ਾਨਾ ਬਿਜਲੀ ਜਿਹੜੀ ਨਾ ਖਰਾਬ, ਬਿਜਲੀ ਖਰਾਬ ਹੋਣ ਦੀ ਵਜ੍ਹਾ ਤੋਂ ਬਿਜਲੀ ਬੰਦ ਹੁੰਦੀ ਆ ਤੇ ਇਹ ਮਸਲਾ ਬਹੁਤ ਤਗੜਾ ਮਸਲਾ ਹੈਗਾ ਜੀ ਸਾਡੇ ਇਲਾਕੇ ਨੂੰ, ਸਾਡੇ ਸ਼ਹਿਰ ਨੂੰ। ਇਸ ਵਾਸਤੇ ਇੰਤਜ਼ਾਮੀਆ ਦੇ ਅੱਗੇ ਰਿਕੁਐਸਟ ਹੈ ਕਿ ਜਨਾਬ ਮੇਰੇ ਸ਼ਹਿਰ ਦੇ ਵਿੱਚ ਜਿਹੜੀ ਬਿਜਲੀ ਦੀ ਲਾਈਨਾਂ ਪਈ ਦੀਆਂ ਨਾ ਉਹਨਾਂ ਨੂੰ ਬਿਹਤਰ ਕੀਤਾ ਜਾਵੇ, ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਮੇਰੇ ਸ਼ਹਿਰ ਨੂੰ ਬਿਜਲੀ ਦੀ ਜਿਹੜੀ ਸਹੂਲਤ ਹਨ ਉਹ ਏਡੀ ਖਾਸ ਮਯਸਰ ਨਹੀਂ ਹੈਗੀ, ਬਿਲਕੁਲ ਨਾਕਸ ਦੀ ਵਾਇਰਿੰਗ ਕੀਤੀ ਹੋਈ ਆ ਬਿਜਲੀ ਵਾਪਟਾ ਵਾਲਿਆਂ ਨੇ। ਇਸ ਕਰਕੇ ਸਾਡੀ ਰਿਕੁਐਸਟ ਹੈ ਜਨਾਬ ਇੰਤਜ਼ਾਮੀਆ ਅੱਗੇ ਕਿ ਸਾਡੇ ਨੈਨੇਕੋਟ ਦੀ ਜਿਹੜੀ ਵਾਪਟਾ ਲਾਈਨ ਆ ਰਹੀ ਹੈ ਨਾ ਉਹਨੂੰ ਮਜ਼ਬੂਤ ਕੀਤਾ ਜਾਵੇ, ਉਹਦੀਆਂ ਤਾਰਾਂ ਮਜ਼ਬੂਤ ਪਾਈਆਂ ਜਾਣ ਤਾਂ ਕਿ ਹਵਾ ਵੀ ਚੱਲੇ, ਹਨੇਰੀ ਵੀ ਚੱਲੇ, ਬਾਰਿਸ਼ ਵੀ ਆਵੇ ਤੇ ਬਿਜਲੀ ਨਾ ਜਾਵੇ। ਦੋਸਤੋ ਮੇਰੇ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਵੀ ਹੈਗਾ, ਜਿਹਦੀ ਕਿ ਜਦੋਂ ਇਹ ਤਿਆਰ ਹੋਇਆ ਸੀ ਸਰਕਾਰੀ ਹਸਪਤਾਲ ਉਹਦੇ ਦੀ ਜਗ੍ਹਾ ਕਾਫੀ ਖੁੱਲੀ ਹੈਗੀ ਸੀ, ਕਾਫੀ ਵੱਡਾ ਹਸਪਤਾਲ ਤਿਆਰ ਕੀਤਾ ਸੀ। ਉਦੋਂ ਜ਼ਾਹਰ ਆਵਾਮ ਵੀ ਘੱਟ ਸੀ ਤੇ ਲੇਕਿਨ ਫਿਰ ਵੀ ਬਣਾਉਣ ਵਾਲੇ ਦੀ ਸੋਚ, ਬਣਾਉਣ ਵਾਲੇ ਦੀ ਜਨਾਬ ਅਕਲ ਬਹੁਤ ਵੱਡੀ ਸੀ। ਉਸਨੇ ਕਿਹਾ ਕਿ ਜਨਾਬ ਆਉਣ ਵਾਲੇ ਵਕਤ ਦੇ ਵਿੱਚ ਦੁਨੀਆ ਜ਼ਿਆਦਾ ਹੋਣੀ ਆ, ਠੀਕ ਹੈ ਨਾ, ਤੇ ਬਿਮਾਰੀਆਂ ਵੀ ਜ਼ਿਆਦਾ ਨਿਕਲਣੀਆਂ ਨੇ। ਇਸ ਕਰਕੇ ਉਹਨੇ ਜਨਾਬ ਖੁੱਲੀ ਜਗ੍ਹਾ ਦੇ ਵਿੱਚ ਜਨਾਬ ਹਸਪਤਾਲ ਬਣਾਇਆ ਤੇ ਲੇਕਿਨ ਹੋਇਆ ਕੀ ਹੈ ਕਿ ਇਹਨੂੰ ਚੰਦ ਤਕਰੀਬਨ ਚੰਦ ਕਮਰੇ ਦੇ ਇਸ ਟਾਈਮ ਆਬਾਦ ਨੇ, ਬਾਕੀ ਸਾਰੇ ਬੇਕਾਰ ਕੀਤੇ ਹੋਏ ਨੇ। ਇਸ ਵਾਸਤੇ ਕਿ ਦੇਖੋ ਤੁਸੀਂ ਅੱਧਾ ਹਿੱਸਾ ਦਾ, ਅੱਧੇ ਨਾਲੋਂ ਥੋੜਾ ਹਿੱਸਾ ਆਬਾਦ ਕੀਤਾ ਹੋਇਆ, ਬਾਕੀ ਸਾਰਾ ਹਿੱਸਾ ਜਿਹੜਾ ਉਹ ਜਨਾਬ ਬੇਕਾਰ ਕੀਤਾ ਹੋਇਆ, ਠੀਕ ਹੈ, ਉਹ ਆਬਾਦ ਨਹੀਂ ਹੈਗਾ, ਜੰਗਲ ਜੂੜ ਪਿਆ ਦਾ ਆ, ਠੀਕ ਹੈ, ਇਮਾਰਤਾਂ ਜਿਹੜੀਆਂ ਨੇ, ਬਿਲਡਿੰਗ ਜਿਹੜੀਆਂ ਉਹ ਜ਼ਾਇਆ ਹੋ ਚੁੱਕੀ ਦੀਆਂ ਨੇ। ਇਸ ਵਾਸਤੇ ਦੋਸਤੋ ਇੰਤਜ਼ਾਮੀਆ ਅੱਗੇ ਰਿਕੁਐਸਟ ਹੈ ਕਿ ਜਨਾਬ ਇਹਨੂੰ ਦੁਬਾਰਾ ਬਹਾਲ ਕੀਤਾ ਜਾਵੇ। ਬਾਕੀ ਹਿੱਸਾ ਜਿਹੜਾ ਇਹਦਾ ਜਿੰਨੀਆਂ ਜਗ੍ਹਾ ਹੈਗੀ ਹੈ ਨਾ ਦੋਸਤੋ, ਕਾਫੀ ਜਗ੍ਹਾ ਹੈਗੀਆਂ, ਤਕਰੀਬਨ 4-5 ਏਕੜ ਜ਼ਮੀਨ ਦੇ ਵਿੱਚ ਇਹਨੂੰ ਤਿਆਰ ਕੀਤਾ ਹੋਇਆ ਤਾਂ ਕਿ ਇਹਦੀ ਜਿੰਨੀ ਬਿਲਡਿੰਗ, ਜਿੰਨੀ ਇਮਾਰਤ, ਜਿੰਨੀ ਇਹਨੂੰ ਜਗ੍ਹਾ ਦਿੱਤੀ ਗਈ ਹੈ, ਸਾਰੀ ਸਾਰੀ ਆਬਾਦ ਹੋਵੇ ਤੇ ਜਨਾਬ ਸਾਡੇ ਦੋਸਤਾਂ ਹੋਰ ਵੀ ਇਹਦੇ ਵਿੱਚ ਸਹੂਲਤਾਂ ਲਿਆ ਕੇ ਤੇ ਦਿੱਤੀ ਜਾਣ ਤਾਂ ਕਿ ਸਾਡੇ ਇਲਾਕੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਦਿੱਤੀ ਜਾਵੇ। ਸਿਹਤ ਦੇ ਮਾਮਲੇ 'ਚ ਸਿਹਤ ਹੈ ਤੇ ਸਾਰਾ ਕੁਛ ਹੈਗਾ ਦੋਸਤੋ।
ਸਿਹਤ ਦਾ ਸਿਸਟਮ ਜਿਹੜਾ ਉਹ ਬਿਲਕੁਲ ਠੀਕ ਹੋਣਾ ਚਾਹੀਦਾ ਆ। ਔਰ ਕਾਫੀ ਐਸੀ ਸਹੂਲਤਾਂ ਸਾਡੇ ਸ਼ਹਿਰ ਦੇ ਵਿੱਚ ਹੋਸਪਿਟਲ ਦੇ ਵਿੱਚ ਮੌਜੂਦ ਨਹੀਂ ਹੈਗੀਆਂ ਕਿ ਜਿਹਦੇ ਵਿੱਚ ਜਨਾਬ ਐਮਰਜੈਂਸੀ ਦੇ ਵਿੱਚ ਜਨਾਬ ਮਰੀਜ਼ ਨੂੰ ਚੈੱਕ ਕੀਤਾ ਜਾਵੇ। ਇਹ ਸਾਨੂੰ ਫਿਰ ਦੌੜ ਲੱਗ ਜਾਂਦੀ ਹੈ ਸ਼ੱਕਰਗੜ੍ਹ ਦੀ, ਸ਼ੱਕਰਗੜ੍ਹ ਵਾਲੇ ਦੌੜ ਲਵਾ ਦਿੰਦੇ ਨੇ, ਨਾਰੋਵਾਲ ਦੀ, ਨਾਰੋਵਾਲੀ ਦੌੜ ਲਵਾ ਦਿੰਦੇ ਨੇ ਜਨਾਬ ਲਾਹੌਰ ਦੀ। ਤੇ ਕਿਉਂ ਨਾ ਜਨਾਬ ਜਿੰਨੀਆਂ ਜਗ੍ਹਾ ਆ ਸਾਡੇ ਕੋਲ, ਜਿੰਨੀਆਂ ਇਮਾਰਤਾਂ ਤਿਆਰ ਨੇ, ਇਹਨੂੰ ਆਬਾਦ ਕੀਤਾ ਜਾਵੇ ਤੇ ਇਹਦੇ ਵਿੱਚ ਹੀ ਸਾਰੇ ਸਿਸਟਮ ਸੈੱਟ ਕੀਤੇ ਜਾਣ, ਕਿਉਂਕਿ ਕਾਫੀ ਇਲਾਕਾ ਲੱਗਦਾ ਹੈ ਸਾਨੂੰ, ਤਕਰੀਬਨ 700-800 ਪਿੰਡ ਲੱਗਦਾ ਸਾਡੇ ਇਸ ਹੋਸਪਿਟਲ ਨੂੰ। ਤੇ ਇੰਤਜ਼ਾਮੀਆ ਦੇ ਅੱਗੇ ਰਿਕੁਐਸਟ ਹੈ ਕਿ ਜਨਾਬ ਇਹ ਬਾਕੀ ਜਿਹੜਾ ਇਹਦਾ ਹਿੱਸਾ ਹੈ ਨਾ ਉਹਨੂੰ ਵੀ ਆਬਾਦ ਕੀਤਾ ਜਾਵੇ। ਮੇਰੇ ਸ਼ਹਿਰ ਦੇ ਵਿੱਚ ਦੋਸਤੋ ਜ਼ਖੀਰਾ ਵੀ ਹੈਗਾ ਜੀ, ਸ਼ਤੂਤਾਂ ਦੇ ਦਰਖਤ ਲਗਾ ਕੇ ਤੇ ਜਨਾਬ ਜ਼ਖੀਰਾ ਤਿਆਰ ਕੀਤਾ ਗਿਆ, ਜਿਹਦੇ ਕਰਕੇ ਰੇਸ਼ਮ ਦੇ ਕੀੜੇ ਵੀ ਇੱਥੋਂ ਪਾਲੇ ਜਾਂਦੇ ਨੇ। ਔਰ ਉਸ ਤੋਂ ਬਾਅਦ ਆਬ ਹਵਾ ਜਿਹੜੀ ਆ ਉਹ ਬਿਲਕੁਲ ਠੀਕ ਰਹਿੰਦੀ ਹੈ ਜੇ ਕਾਫੀ ਜ਼ਿਆਦਾ ਜਗ੍ਹਾ ਦੇ ਵਿੱਚ ਜਨਾਬ ਜ਼ਖੀਰਾ ਤਿਆਰ ਹੈ। ਪਹਿਲੇ ਤੇ ਕਾਫੀ ਵੱਡਾ ਹੁੰਦਾ ਸੀ, ਲੇਕਿਨ ਹੁਣ ਆਸਤਾ ਆਸਤਾ ਜਨਾਬ ਇਹਨੂੰ ਵੱਢ ਕੇ ਤੇ ਆਬਾਦੀ ਦੀ ਤਰਫ਼ ਲੈ ਕੇ ਆ ਰਹੇ ਨੇ ਤੇ, ਲੇਕਿਨ ਇੰਤਜ਼ਾਮੀਆ ਅੱਗੇ ਰਿਕੁਐਸਟ ਹੈ ਕਿ ਜਨਾਬ ਇਸ ਤੇ ਕੰਟਰੋਲ ਕੀਤਾ ਜਾਵੇ, ਜ਼ਖੀਰਾ ਜਿਹੜਾ ਇਹਨੂੰ ਮਜ਼ੀਦ ਵਧਾਉਣਾ ਚਾਹੀਦਾ ਜਾਂ ਪੌਦੇ ਮਜ਼ੀਦ ਵਧਾਉਣੇ ਚਾਹੀਦੇ ਨੇ, ਲੇਕਿਨ ਇਹ ਆਸਤਾ ਆਸਤਾ ਛੋਟਾ ਹੁੰਦਾ ਜਾ ਰਿਹਾ ਜੇ ਜ਼ਖੀਰਾ, ਔਰ ਇਸ ਤੇ ਕੰਟਰੋਲ ਹੋਣਾ ਚਾਹੀਦਾ ਆ, ਇਸ ਜ਼ਖੀਰੇ ਤੇ ਨੂੰ ਸਗੋਂ ਵਧਾਉਣਾ ਚਾਹੀਦਾ ਆ, ਲੇਕਿਨ ਇਹਨੂੰ ਘੱਟ ਘੱਟ ਕੇ ਤੇ ਜਨਾਬ ਘਟਾਇਆ ਜਾ ਰਿਹਾ ਆ। ਤੇ ਇੰਤਜ਼ਾਮੀਆ ਦੇ ਅੱਗੇ ਰਿਕੁਐਸਟ ਹੈ ਕਿ ਜਨਾਬ ਇਸ ਤੇ ਕੰਟਰੋਲ ਕੀਤਾ ਜਾਵੇ ਔਰ ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਏ ਜਾਣ। ਸਾਡੀਆਂ ਹਕੂਮਤਾਂ ਵੀ ਇਹੋ ਗੱਲ ਕਹਿੰਦੀਆਂ ਨੇ ਕਿ ਜਿੰਨੇ ਤੁਸੀਂ ਪੌਦੇ ਲਗਾਓਗੇ ਉਨੇ ਸਿਹਤ ਜਨਾਬ ਤੰਦਰੁਸਤ ਰਹੇਗੀ, ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਨੇ, ਲੇਕਿਨ ਜ਼ਖੀਰਾ ਜਿਹੜਾ ਉਹ ਛੋਟਾ ਹੁੰਦਾ ਜਾ ਰਿਹਾ, ਇਹਨੂੰ ਜ਼ਿਆਦਾ ਕੱਟਿਆ ਜਾ ਰਿਹਾ, ਕੱਟ ਕੇ ਆਬਾਦੀ ਦੀ ਤਰਫ਼ ਲੈ ਕੇ ਆ ਰਹੇ ਨੇ। ਇਹਦੇ ਤੇ ਰੋਕਥਾਮ ਹੋਣੀ ਚਾਹੀਦੀ ਹੈ। ਹੋਰ ਵੀ ਬਹੁਤ ਕੁਝ ਹੈਗਾ ਜੀ ਤੁਹਾਨੂੰ ਦੱਸਣ ਵਾਸਤੇ, ਲੇਕਿਨ ਵੀਡੀਓ ਲੰਬੀ ਹੋ ਜਾਣੀ ਹੈ, ਇਸ ਕਰਕੇ ਦੋਸਤੋ ਅਸੀਂ ਅਗਲਾ ਪਾਰਟ ਤੁਹਾਡੇ ਵਾਸਤੇ ਲੈਦਾ ਬਣਾਵਾਂਗੇ। ਦੋਸਤੋ ਇੰਤਜ਼ਾਰ ਕਰਿਓ ਜੇ ਨੈਕਸਟ ਵੀਡੀਓ ਦਾ। ਅੱਲਾ ਹਾਫਿਜ਼।